ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਬਲਬੀਰ ਸਟੋਰ, ਪੋਸਟ ਆਫਿਸ ਚੌਂਕ, ਮਾਡਲ ਟਾਊਨ, ਲੁਧਿਆਣਾ। ਅੱਜ ਤੁਹਾਨੂੰ ਆਰਟੀਕਲ ਸ਼ੋਅ ਕਰਾਂਗੇ ਕਰੇਪ ਦੇ, ਅਤੇ 10 ਸੂਟ ਹੈਗੇ ਨੇ ਵਧੀਆ ਪ੍ਰੋਪਰ ਪਾਰਟੀ ਵੇਅਰ, ਬ੍ਰਾਈਡਲ ਵੇਅਰ ਐਂਡ ਪਾਰਟੀ ਵੇਅਰ, ਪਿਓਰ ਕਰੇਪ ਦੇ ਸੂਟ ਅਤੇ ਔਰਗੈਂਜ਼ਾ ਦੇ, ਅਤੇ 10 ਤੁਹਾਨੂੰ ਦਿਖਾਵਾਂਗੇ ਸਾੜੀਆਂ। ਠੀਕ ਹੈ ਜੀ, ਅਤੇ ਸ਼ੁਰੂ ਕਰਨ ਤੋਂ ਪਹਿਲੇ ਸਾਡੇ ਇੱਕ ਵਾਰੀ ਵਟਸਐਪ ਨੰਬਰ ਜ਼ਰੂਰ ਨੋਟ ਕਰੋ, ਠੀਕ ਹੈ, ਦਿਓ ਬੇਟਾ। ਅਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਲਾਈਕ ਕਰਨਾ, ਅਤੇ ਇਹਦਾ ਸਕਰੀਨਸ਼ੋਟ ਜਿਹੜਾ ਤੁਹਾਨੂੰ ਇਹਦੇ 'ਚ ਅੱਛਾ ਲੱਗਦਾ ਨਾ ਆਰਟੀਕਲ, ਉਹਦਾ ਸਕਰੀਨਸ਼ੋਟ ਤੁਸੀਂ ਨਾਲ ਨਾਲ ਲੈ ਲੈਣਾ, ਕਿਉਂਕਿ ਸਿੰਗਲ ਸਿੰਗਲ ਆਰਟੀਕਲ ਨੇ ਸਭ ਨਿਕਲ ਜਾਂਦੇ ਨੇ, ਅਤੇ ਫਿਰ ਔਰਡਰ 'ਤੇ ਬਹੁਤ ਟਾਈਮ ਲੱਗ ਜਾਂਦਾ, ਅਤੇ ਇਸ ਕਰਕੇ ਕਹਿੰਦੇ ਹਾਂ ਕਿ ਨਾਲ ਨਾਲ ਸਕਰੀਨਸ਼ੋਟ ਲਓ ਅਤੇ ਆਪਣਾ ਆਰਟੀਕਲ ਬੁੱਕ ਕਰਾਓ। ਠੀਕ ਹੈ ਜੀ, ਅਤੇ ਪਹਿਲੇ ਵਟਸਐਪ ਨੰਬਰ ਨੋਟ ਕਰੋ ਜੀ, ਆਹ ਸਾਡੇ ਵਟਸਐਪ ਨੰਬਰ ਨੇ, ਸਾਰੇ ਫੇਸਬੁੱਕ 'ਤੇ ਪਾਏ ਨੇ। ਠੀਕ ਹੈ ਜੀ, ਜਿਹੜਾ ਵੀ ਅੱਛਾ ਲੱਗੇਗਾ ਆਰਟੀਕਲ ਸਕਰੀਨਸ਼ੋਟ ਲੈ ਲੈਣਾ, ਆਹ ਨੰਬਰਾਂ 'ਤੇ ਸ਼ੇਅਰ ਕਰਕੇ, ਕਾਲ ਕਰਕੇ, ਮੈਸੇਜ ਕਰਕੇ ਆਪਣਾ ਆਰਟੀਕਲ ਤੁਸੀਂ ਬੁੱਕ ਕਰਵਾ ਸਕਦੇ। ਲਓ ਜੀ, ਸ਼ੁਰੂ ਕਰਨ ਜਾ ਰਹੇ ਹਾਂ ਜੀ ਸੂਟਾਂ ਤੋਂ। ਪਹਿਲੇ ਪ੍ਰੋਪਰ ਬ੍ਰਾਈਡਲ ਵੇਅਰ ਸੂਟ ਹੈ ਜੀ, ਮਜੰਟਾ ਕਲਰ ਦਾ, ਪਿਓਰ ਕਰੇਪ ਦੇ ਉੱਪਰ। ਆਹ ਦੇਖੋ ਜੀ, ਪਿਓਰ ਕਰੇਪ ਫੈਬਰਿਕ ਹੈ, ਆਲ ਓਵਰ ਸੂਟ ਹੈ, ਕੰਮ ਮਿਲੇਗਾ ਤੁਹਾਨੂੰ ਸਾਰਾ ਹੈਂਡ ਦਾ, ਮਿਰਰ ਵੀ ਹੈ, ਗੋਟਾ ਪੱਟੀ ਔਰ ਦਬਕਾ ਔਰ ਤਿੱਲੇ ਦੇ ਵਿੱਚ, ਪਿੱਟੇ ਦੇ ਵਿੱਚ। ਹਲਕੀ ਹਲਕੀ ਸ਼ਰਟ 'ਤੇ ਨਾ ਬੂਟੀ ਆਏਗੀ ਇਸ ਤਰ੍ਹਾਂ, ਆਲ ਓਵਰ ਸਕੈਟਿਡ ਜਾਲ ਹੈਗਾ ਪੂਰੀ ਸ਼ਰਟ 'ਤੇ, ਨਾਲ ਸੋਲਿਡ ਬਾਰਡਰ ਬਣਿਆ ਪੂਰਾ ਹੈਂਡ ਵਰਕ ਦਾ, ਮਿਰਰ ਦੇ ਨਾਲ, ਗੋਟਾ ਪੱਟੀ ਦੇ ਨਾਲ, ਦਬਕੇ ਦੇ ਨਾਲ ਸਿਲਿਆ ਕੰਸੈਪਟ ਹੈ। ਫੈਬਰਿਕ ਆਏਗਾ ਆਪਣਾ ਪਿਓਰ ਕਰੇਪ, ਕਲਰ ਆਏਗਾ ਮਜੰਟਾ, ਆਣਗੇ ਇਹਦੇ ਬਾਜ਼ੂ, ਬਾਜ਼ੂ ਵੀ ਬੜੇ ਪਿਆਰੇ ਬਣੇ ਨੇ, ਹਾਫ ਜਾਲ ਆਏਗਾ ਵਿਦ ਬਾਰਡਰ ਆਏਗਾ ਬਾਜ਼ੂ 'ਤੇ ਵੀ, ਫੁੱਲ ਬਣਾਓ ਅਤੇ ਹਾਫ ਬਣਾਓ, ਲਾਈਕਿੰਗ ਤੁਹਾਡੀ ਹੈਗੀ ਹੈ। ਠੀਕ ਹੈ ਜੀ, ਅਤੇ ਆਲ ਓਵਰ ਸੂਟ ਪਿਓਰ ਕਰੇਪ ਦਾ, ਮਜੰਟਾ ਕਲਰ ਦਾ, ਨਾਲ ਦੁਪੱਟਾ ਦੇਖੋ, ਪ੍ਰੋਪਰ ਬ੍ਰਾਈਡਲ ਵੇਅਰ ਔਰ ਹੈਵੀ ਦੁਪੱਟਾ ਆਏਗਾ ਜੀ, ਪਿਓਰ ਚਨੋਨ ਦਾ ਦੁਪੱਟਾ ਹੈ, ਪੂਰਾ ਜਾਲ, ਚਾਰੇ ਪਾਸੇ ਬਾਰਡਰ ਵੀ ਮਿਲੇਗਾ, ਜਾਲ ਵੀ ਮਿਲੇਗਾ ਤੁਹਾਨੂੰ, ਇਹਦੇ ਉੱਪਰ ਵੀ ਤੁਹਾਨੂੰ ਕੰਮ ਜਿਹੜਾ ਹੈਗਾ ਨਾ ਸਾਰਾ ਨੀਟ ਐਂਡ ਕਲੀਨ ਮਿਲੇਗਾ। ਦੇਖੋ ਬਿਊਟੀਫੁਲ ਵਰਕ ਹੈਗਾ ਜੀ, ਪ੍ਰੋਪਰ ਡਿਜ਼ਾਈਨਰ ਔਰ ਬੁਟੀਕ ਸਟਾਈਲ ਵਾਲੇ ਕੰਸੈਪਟ ਨੇ, ਪੂਰਾ ਹੈਵੀ ਦੁਪੱਟਾ, ਚਾਰੇ ਪਾਸੇ ਬਾਰਡਰ ਦੀ ਫਿਨਿਸ਼ਿੰਗ ਮਿਲੇਗੀ ਮਾਂਕੜੀ ਨਾਲ, ਫੁੱਲ ਜਾਲ ਹੈ, ਚਾਰੇ ਪਾਸੇ ਬਾਰਡਰ ਵੀ ਹੈ ਔਰ ਸੇਮ ਜਾਲ ਹੈ ਜੀ, ਮਿਰਰ ਐਂਡ ਗੋਟਾ ਪੱਟੀ ਦਾ ਦਬਕੇ ਦਾ ਸਾਰਾ ਜਾਲ ਬਣਿਆ, ਫੁੱਲ ਹੈਵੀ ਦੁਪੱਟਾ ਆਏਗਾ। ਇਹ ਹੈਗੇ ਜੀ ਪ੍ਰੋਪਰ ਬ੍ਰਾਈਡਲ ਵੇਅਰ ਔਰ ਡਿਜ਼ਾਈਨਰ ਔਰ ਡਿਫਰੈਂਟ, ਟ੍ਰੈਡੀਸ਼ਨਲ ਪਲੱਸ ਡਿਜ਼ਾਈਨਰ ਫੈਬਰਿਕ ਪਿਓਰ ਕਰੇਪ ਹੈ ਜੀ। ਆਈਟਮ ਨੰਬਰ ਆਏਗੀ ਅੱਜ ਦੀ ਹੈਗੀ ਹੈ ਜੀ, ਇਹ ਪਿਓਰ ਕਰੇਪ ਦੀ ਮਜੰਟਾ ਕਲਰ ਦੀ ਆਈਟਮ ਨੰਬਰ ਹੈਗੀ ਹੈ 1, ਅਤੇ ਰੇਟ ਆਏਗਾ 25,970, 25,970 ਆਈਟਮ ਨੰਬਰ 1 ਹੈ ਜੀ। ਲਓ ਜੀ, ਨੈਕਸਟ ਆਰਟੀਕਲ ਦੇਖੋ ਜੀ, ਡਸਟੀ ਬਲੂ ਪਿਓਰ ਕਰੇਪ ਦਾ ਸੂਟ ਹੈ, ਇਹ ਵੀ ਸਾਰਾ ਕੈਲਕਟਾ ਵਰਕ ਦੇ ਵਿੱਚ ਹੈਗਾ, ਟੋਟਲ ਨੀਟ ਐਂਡ ਕਲੀਨ ਹੈ, ਫੈਬਰਿਕ ਪਿਓਰ ਕਰੇਪ ਹੈ, ਕੰਮ ਦੀ ਕੁਆਲਿਟੀ ਤੁਹਾਨੂੰ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੇਖੋ ਨੇੜੇ ਕਰਕੇ ਸ਼ੋਅ ਕਰ ਰਹੇ ਹਾਂ ਵੀ ਪਤਾ ਲੱਗ ਜਾਏਗੀ ਕਿ ਰੇਸ਼ਮ ਹੈ, ਤਿੱਲਾ ਹੈ, ਦਬਕਾ ਹੈ ਔਰ ਕਟਦਾਨਾ ਵੀ ਸਿਲਿਆ ਹੈ ਅਤੇ ਨਾਲ ਪਿੱਟਾ ਵੀ ਹੈ, ਇਹ ਸਾਰਾ ਮਿਕਸ ਕੰਮ ਹੈ ਜੀ, ਟੋਟਲ ਪੂਰਾ ਜਾਲ ਬਣਿਆ ਸ਼ਰਟ 'ਤੇ। ਆਹ ਦੇਖੋ ਨੈਕ ਲਾਈਨ ਤੋਂ ਲੈ ਕੇ ਪੂਰੀ ਫਰੰਟ ਜਾਲ ਹੈ, ਡਿਜ਼ਾਈਨਰ ਜਾਲ ਆਏਗਾ, ਲੁੱਕ ਹੈਵੀ ਹੈ ਪਰ ਵੇਟ ਨਹੀਂ ਹੈ, ਪਰ ਕੰਮ ਸਾਰਾ ਨੀਟ ਐਂਡ ਕਲੀਨ ਹੈ ਜੀ, ਬਿਊਟੀਫੁਲ ਵਰਕ ਹੋਇਆ ਦੇਖੋ ਕੈਲਕਟਾ ਵਰਕ 'ਚ, ਇਹ ਹੈਗੇ ਪ੍ਰੋਪਰ ਅੱਛੇ ਕਾਰੀਗਰ ਦੇ ਪੀਸ। ਠੀਕ ਹੈ ਨਾ, ਡਿਜ਼ਾਈਨਰ ਵੇਅਰ ਔਰ ਡਿਫਰੈਂਟ, ਫੈਬਰਿਕ ਵੀ ਪਿਓਰ ਮਿਲਣਗੇ, ਕੰਮ ਵੀ ਬਹੁਤ ਸੋਹਣੇ ਹੋਣਗੇ, ਫਾਈਨ ਐਂਡ ਨੀਟ ਕੰਮ ਨੇ। ਆਹ ਇਹਦੇ ਸਲੀਵਸ ਆਣਗੇ, ਬਾਰਡਰ ਬਣਿਆ, ਬੂਟੀ ਬਣੀ ਹੈ, ਪੂਰੀ ਸ਼ਰਟ ਹੈਵੀ ਹੈਗੀ ਹੈ ਪਿਓਰ ਕਰੇਪ ਦੀ, ਕਲਰ ਆਏਗਾ ਡਸਟੀ ਬਲੂ, ਫੁੱਲ ਆਲ ਓਵਰ ਸੂਟ ਵਿਦ ਚਨੋਨ ਦੁਪੱਟਾ, ਦੁਪੱਟਾ ਜਿਹੜਾ ਐਲੀਗੈਂਟ ਬਾਰਡਰ ਹੈਗਾ ਜੀ ਰੇਸ਼ਮ ਐਂਡ ਪਿੱਟੇ ਦਾ, ਪਾਈਪਿੰਗ ਨਾਲ ਮਿਲੇਗੀ, ਕੋਰਨਰ ਬਣੇ ਹੋਏ ਨੇ ਦੁਪੱਟੇ ਦੇ ਵੀ, ਹਲਕੀ ਹਲਕੀ ਬੂਟੀ ਵੀ ਆਏਗੀ ਦੁਪੱਟੇ ਦੇ ਵਿੱਚ, ਅਤੇ ਮਤਲਬ ਇੰਗਲਿਸ਼ ਕਲਰ ਦੇ ਉੱਪਰ ਹੈ, ਬੜਾ ਰੋਇਲ ਕੰਮ ਕੀਤਾ, ਸੋਬਰ ਜੈਂਟਲੀ ਪੀਸ ਹੈ, ਕੋਈ ਓਵਰ ਸ਼ਾਈਨੀ ਨਹੀਂ ਹੈਗਾ, ਮੈਟ ਫਿਨਿਸ਼ ਲੁੱਕ ਦੇ ਕੰਸੈਪਟ ਨੇ ਜੀ ਸਾਰੇ। ਇਹ ਹੈਗੀ ਹੈ ਜੀ ਪਿਓਰ ਕਰੇਪ ਦੀ ਡਸਟੀ ਬਲੂ ਕਲਰ ਦੀ, ਆਈਟਮ ਨੰਬਰ ਜਿਹੜੀ ਹੈਗੀ ਹੈ 2 ਵਿਦ ਚਨੋਨ ਦੁਪੱਟਾ, ਅਤੇ ਰੇਟ ਆਏਗਾ 12,600, 12,610 ਆਈਟਮ ਨੰਬਰ ਹੈਗੀ ਹੈ 2। ਲਓ ਜੀ, ਨੈਕਸਟ ਆਰਟੀਕਲ ਦੇਖ ਲਓ, ਥੋੜ੍ਹਾ ਜਿਹਾ ਕਲਰਫੁੱਲ ਹੈ ਪਰ ਮਤਲਬ ਕੰਮ ਜਿਹੜਾ ਹੈ ਨਾ ਇਹਦੇ ਉੱਪਰ ਸੈਲਫ ਮੈਚਿੰਗ ਵਾਲਾ, ਸੀਕੁਐਂਸ ਐਂਡ ਸਰਕਲ ਦੇ ਵਿੱਚ, ਇਸ ਤਰ੍ਹਾਂ ਹੀ ਨਾ ਸ਼ੇਡਿੰਗ ਦੇ ਵਿੱਚ ਇਹਦੀ ਸ਼ਰਟ ਆਏਗੀ ਪਿਓਰ ਔਰਗੈਂਜ਼ਾ ਦੀ, ਜਿੱਦਾਂ ਕਿ ਇੱਕ ਮੋਵ ਹੈ, ਇੱਕ ਪੀਚ ਗਾਜਰੀ ਰਸਟ ਕੋਟ ਟੋਨ 'ਤੇ ਆਏਗੀ, ਅਤੇ ਇਹਦੇ ਬਾਜ਼ੂ ਇਸ ਤਰ੍ਹਾਂ ਬਣੇ ਨੇ ਕਟਵਰਕ ਦੇ ਵਿੱਚ, ਬਾਜ਼ੂ 'ਤੇ ਵੀ ਬਲਾਈਨਾਂ ਬਣੀ ਹੋਈ ਨੇ, ਹਲਕਾ ਜਾਲ ਬਣਿਆ ਹੈ, ਪੂਰੀ ਸ਼ਰਟ ਦੇ ਉੱਪਰ ਆਊਟਲਾਈਨਿੰਗ ਹੈਗੀ ਹੈ, ਪਹਿਲੇ ਜਿਹੜਾ ਹੈ ਨਾ ਔਰਗੈਂਜ਼ਾ ਦੇ ਉੱਪਰ ਰੇਸ਼ਮ ਵਰਕ ਹੈਗਾ ਜੀ, ਰੇਸ਼ਮ ਦੇ ਵਿੱਚ ਫਿਰ ਆਊਟਲਾਈਨਿੰਗ ਕੀਤੀ ਹੈ ਹੈਂਡ ਦੀ, ਪੂਰਾ ਮਤਲਬ ਆਰੀ ਦੇ ਉੱਪਰ ਨਾ ਸਾਰਾ ਰੇਸ਼ਮ ਦੇ ਉੱਪਰ ਹੈਂਡ ਵਰਕ ਕੀਤਾ, ਇਸ ਤਰ੍ਹਾਂ ਹੀ ਲਾਈਨਾਂ ਦੇ ਵਿੱਚ ਕਲਰਫੁੱਲ ਮਲਟੀ ਕਲਰ ਵਰਕ ਆਏਗਾ, ਪੂਰੀ ਸ਼ਰਟ ਦੇ ਉੱਪਰ ਪਿਓਰ ਔਰਗੈਂਜ਼ਾ ਦੀ ਸ਼ਰਟ ਹੈਗੀ ਹੈ, ਅਤੇ ਕਰੇਪ ਦੀ ਇਹਦੀ ਬੋਟਮ ਆਏਗੀ ਜੀ ਕੋਪਰ ਪੀਚ ਕਲਰ ਦੀ, ਔਰ ਬਾਰਡਰ ਬਣਿਆ ਸਾਰਾ ਜੂਲੀ ਵਰਕ ਦਾ, ਸੀਕੁਐਂਸ ਦਾ ਬਾਰਡਰ ਆਏਗਾ, ਹੈਂਡ ਦਾ ਪਲ ਦਾ ਸੀਕੁਐਂਸ ਔਰ ਸਰਕਲ ਦਾ ਕੰਮ ਕੀਤਾ ਹੋਇਆ, ਬਿਊਟੀਫੁਲ ਡਸਟੀ ਪੀਚ ਕਲਰ ਆ ਗਿਆ ਜੀ। ਆ ਗਈ ਇਹਦੀ ਬੈਕ, ਬੈਕ ਜਿਹੜੀ ਹੈ ਸਾਰੀ ਇਸ ਤਰ੍ਹਾਂ ਹੀ ਮਲਟੀ ਕਲਰ ਵਰਕ ਔਰ ਥਰੈਡ ਦੇ ਵਿੱਚ ਆਏਗੀ,
ਪੂਰਾ ਮਤਲਬ ਸ਼ਰਟ ਤੇ ਵਰਕ ਹੈ ਆਲ ਓਵਰ ਲਾਈਟ ਇਨਟੂ ਡਾਰਕ ਦੇ ਵਿੱਚ ਬੜਾ ਹੀ ਅੱਛਾ ਕਨਸੈਪਟ ਹੈਗਾ ਜੀ ਕਲਰਫੁੱਲ ਹੈ ਪਰ ਡਿਫਰੈਂਟ ਹੈ ਸੋਬਰ ਜੈਂਟਲੀ ਹੈ ਔਰ ਡਿਜ਼ਾਈਨਰ ਦੁਪੱਟਾ ਪਿਓਰ ਔਰਗੈਂਜ਼ਾ ਦਾ ਸੇਮ ਕੋਪਰ ਪੀਚ ਕਲਰ ਦਾ ਦੁਪੱਟਾ ਮਿਲੇਗਾ ਚਾਰੇ ਪਾਸੇ ਹੈਂਡ ਕਟਵਰਕ ਦੇ ਵਿੱਚ ਸਕੈਲਪਿੰਗ ਬਾਰਡਰ ਆਏਗਾ ਵਿਦ ਲਾਈਨਾਂ ਦੇ ਵਿੱਚ ਬੂਟੀ ਤੇ ਇੱਦਾਂ ਹੀ ਲਾਈਨਾਂ ਬਣੀ ਹੈ ਸਾਰੀ ਆਲ ਓਵਰ ਦੁਪੱਟੇ 'ਚ ਫੁੱਲ ਹੈਵੀ ਦੁਪੱਟਾ ਹੈਗਾ ਜੀ ਫਰੰਟ ਬੈਕ ਡਿਜ਼ਾਈਨਰ ਹੈ ਨਾਲ ਦੁਪੱਟਾ ਹੈਵੀ ਹੈ ਕਲਰ ਇੰਗਲਿਸ਼ ਹੈ ਫੈਬਰਿਕ ਪਿਓਰ ਔਰਗੈਂਜ਼ਾ ਦੀ ਸ਼ਰਟ ਵਿਦ ਕਰੇਪ ਦੀ ਬੋਟਮ ਆਏਗੀ ਆਈਟਮ ਨੰਬਰ ਜਿਹੜੀ ਹੈਗੀ ਹੈ ਜੀ ਅੱਜ ਦੀ ਸੂਟ ਦੀ ਹੈਗੀ ਹੈ 3 ਤੇ ਰੇਟ ਆਏਗਾ ਜੀ 20,280 20,280 ਆਈਟਮ ਨੰਬਰ 3 ਹੈ ਲੋਜਿਕਸ ਸਟੀਲ ਗ੍ਰੇ ਪਿਓਰ ਜੋਰਜਟ ਦਾ ਫੈਬਰਿਕ ਹੈਗਾ ਇਹਦਾ ਸਾਰਾ ਡਮੋਂਟਿਕ ਵਰਕ ਹੈ ਰੇਸ਼ਮ ਦੇ ਨਾਲ ਆਲ ਓਵਰ ਵਰਕ ਕੀਤਾ ਘੇਰਾ ਇਸ ਤਰ੍ਹਾਂ ਸਰਵੋਸਕੀ ਦਾ ਆਏਗਾ ਇਹਦੇ ਪਿਓਰ ਜੋਰਜਟ ਦੇ ਉੱਪਰ ਨਾ ਹਲਕਾ ਸਰਵੋਸਕੀ ਵਰਕ ਦਾ ਬਾਰਡਰ ਹੈ ਤੇ ਰੇਸ਼ਮ ਜਾਲ ਆ ਗਿਆ ਸਾਰਾ ਸੈਲਫ ਮੈਚਿੰਗ ਦੇ ਵਿੱਚ ਇਹਦੀ ਜਿਹੜੀ ਆਊਟਲਾਈਨਿੰਗ ਹੈ ਸਾਰੇ ਸਟੋਨ ਔਰ ਸਰਵੋਸਕੀ ਨਾਲ ਹੋਏਗੀ ਪੂਰਾ ਜਾਲ ਸ਼ਰਟ ਦਾ ਪਿਓਰ ਜੋਰਜਟ ਦੇ ਉੱਪਰ ਸਟੀਲ ਗ੍ਰੇ ਕਲਰ ਹੈਗਾ ਜੀ ਬੋਟਮ ਇਹਦੀ ਕਰੇਪ ਦੀ ਆਏਗੀ ਬਾਜ਼ੂ ਦੇ ਵੀ ਤੁਹਾਨੂੰ ਬਾਰਡਰ ਮਿਲੇਗਾ ਔਰ ਸੇਮ ਥਰੈਡ ਵਰਕ ਦੀ ਇਸ ਤਰ੍ਹਾਂ ਜਾਲ ਆਏਗਾ ਬੈਕ ਤੇ ਵੀ ਬੈਕ ਔਰ ਫਰੰਟ ਦੋਨੋਂ ਬਣੀ ਹੈ ਫਰੰਟ ਹੈਂਡ ਵਰਕ ਨਾਲ ਆਊਟਲਾਈਨਿੰਗ ਹੈਗੀ ਹੈ ਕਿਉਂਕਿ ਸੋਬਰ ਕਨਸੈਪਟ ਹੈ ਨਾ ਇਹ ਵੀ ਕੈਲਕਟਾ ਦਾ ਕਨਸੈਪਟ ਹੈਗਾ ਸਾਰਾ ਦੁਪੱਟਾ ਜਿਹੜਾ ਮਿਲੇਗਾ ਤੁਹਾਨੂੰ ਐਲੀਗੈਂਟ ਬਾਰਡਰ ਆਏਗਾ ਸਰਵੋਸਕੀ ਦਾ ਦੁਪੱਟੇ ਤੇ ਪਿਓਰ ਜੋਰਜਟ ਦਾ ਦੁਪੱਟਾ ਮਿਡਲ ਪਲੇਨ ਹੈ ਸਿਰਫ ਸੋਰ ਚਾਰੇ ਪਾਸੇ ਬਾਰਡਰ ਬਣਿਆ ਐਲੀਗੈਂਟ ਨਾਲ ਕਰੇਪ ਦੀ ਬੋਟਮ ਦੇਵਾਂਗੇ ਠੀਕ ਹੈ ਜੀ ਬਹੁਤ ਹੀ ਪਿਆਰਾ ਔਰ ਬਹੁਤ ਹੀ ਸੋਬਰ ਜੈਂਟਲੀ ਕਨਸੈਪਟ ਹੈਗਾ ਪਿਓਰ ਕਰੇਪ ਜੋਰਜਟ ਦਾ ਸੂਟ ਆਏਗਾ ਆਈਟਮ ਨੰਬਰ ਜਿਹੜੀ ਹੈਗੀ ਹੈ ਅੱਜ ਦੀ ਹੈਗੀ ਹੈ 4 ਤੇ ਰੇਟ ਆਏਗਾ ਜੀ 10,550 10,550 ਆਈਟਮ ਨੰਬਰ 4 ਨੈਕਸਟ ਆਰਟੀਕਲ ਹੈ ਜਿਹੜਾ ਉਹ ਬ੍ਰਾਈਡਲ ਵੇਅਰ ਹੈ ਜੀ ਬਿਊਟੀਫੁਲ ਰਸਟ ਕਲਰ ਦਾ ਪਿਓਰ ਕਰੇਪ ਦਾ ਸੂਟ ਆਏਗਾ ਪੂਰਾ ਹੈਵੀ ਕੰਮ ਕੀਤਾ ਹੈ ਜਿਹਦੇ ਉੱਪਰ ਨਾ ਸਾਰਾ ਪਿੱਟਾ ਵੀ ਹੈ ਦਬਕਾ ਵੀ ਹੈ ਸਟੋਨ ਵੀ ਹੈ ਹਲਕੀ ਹਲਕੀ ਟੱਚਿੰਗ ਮਿਲੇਗੀ ਤੁਹਾਨੂੰ ਜ਼ਰੀ ਦੇ ਵਿੱਚ ਕੋਪਰ ਰਸਟ ਕਲਰ ਦਾ ਪੂਰਾ ਡਿਜ਼ਾਈਨਰ ਜਾਲ ਆਏਗਾ ਨੈਕ ਤੋਂ ਲੈ ਕੇ ਨਾ ਆਹ ਦੇਖੋ ਪੂਰਾ ਨੈਕਲ ਬਣਿਆ ਸੋਲਿਡ ਵਰਕ ਦੇ ਵਿੱਚ ਪੂਰਾ ਡਿਜ਼ਾਈਨਰ ਜਾਲ ਹੈ ਕੋਈ ਰੈਗੂਲਰ ਨਹੀਂ ਹੈ ਇਸ ਤਰ੍ਹਾਂ ਕਿ ਸਾਈਡ ਤੇ ਜਾਲ ਹੈ ਤੇ ਸੈਂਟਰ ਪੈਨਲ ਬਣਿਆ ਪਰ ਕੰਮ ਬਹੁਤ ਸੋਹਣਾ ਹੈ ਟੋਟਲ ਨੀਟ ਐਂਡ ਕਲੀਨ ਮੈਂ ਦੋ ਤਿੰਨ ਤਿੰਨ ਮਹੀਨੇ ਬਾਅਦ ਪੀਸ ਬਣ ਕੇ ਆਉਂਦਾ ਕਿਉਂਕਿ ਪ੍ਰੋਪਰ ਹੈਵੀ ਔਰ ਬ੍ਰਾਈਡਲ ਹੈ ਨਾ ਸਾਰਾ ਦਬਕਾ ਵੀ ਹੈ ਕੱਟਦਾਨਾ ਪੇਟਾ ਔਰ ਸਾਰਾ ਇਹਦੇ 'ਚ ਕਿ ਨੋਟਸ ਵੀ ਚਲੇ ਦਬਕੇ ਦਾ ਟੋਟਲ ਨੀਟ ਐਂਡ ਕਲੀਨ ਵਰਕ ਹੈ ਪਿਓਰ ਕਰੇਪ ਦੇ ਉੱਪਰ ਪੂਰੀ ਸ਼ਰਟ ਹੈਵੀ ਆਏਗੀ ਜੀ ਇਹ ਹੈਗੇ ਪ੍ਰੋਪਰ ਬ੍ਰਾਈਡਲ ਵੇਅਰ ਐਂਡ ਪਾਰਟੀ ਵੇਅਰ ਬਾਜ਼ੂ ਤੇ ਸੋਲਿਡ ਬਾਰਡਰ ਵਿਦ ਬੂਟੀ ਹੈ ਜੀ ਨਾਲ ਦੁਪੱਟਾ ਦੇਖਣਾ ਪਿਓਰ ਕਮਲ ਚਨੌਨ ਦਾ ਦੁਪੱਟਾ ਸੇਮ ਹੈਂਡ ਵਰਕ ਵਾਲਾ ਬਾਰਡਰ ਹੈ ਜੀ ਬਰੋਡ ਦੁਪੱਟੇ ਦੇ ਵੀ ਨਾ ਪੂਰਾ ਬਾਰਡਰ ਮਿਲੇਗਾ ਆਲ ਓਵਰ ਬੂਟੀ ਹੈ ਪਿਓਰ ਚਨੌਨ ਦੇ ਉੱਪਰ ਹਲਕੀ ਹਲਕੀ ਬੂਟੀ ਨਾਲ ਮਿਲੇਗੀ ਜੀ ਆਹ ਲੋ ਕਹਾਣੀ ਹੈ ਜੀ ਫੁੱਲ ਹੈਵੀ ਬ੍ਰਾਈਡਲ ਵੇਅਰ ਰਸਟ ਕਲਰ ਦੇ ਸੂਟ ਦੀ ਕਲਰ ਬਹੁਤ ਸੋਹਣਾ ਹੈ ਲੁੱਕ ਹੈਵੀ ਹੈ ਪਰ ਵੇਟ ਲਾਈਟ ਵੇਟ ਹੈਗਾ ਪਰ ਪੀਸ ਅਲਟੀਮੇਟ ਹੈ ਜੀ ਆਹ ਲੋ ਨੇੜੇ ਕਰਕੇ ਦੇਖੋ ਕੁਆਲਿਟੀ ਕੰਮ ਦੀ ਅਤੇ ਕਲਰ ਦੀ ਜੀ ਅਲਟੀਮੇਟ ਰਸਟ ਕਲਰ ਪ੍ਰੋਪਰ ਬ੍ਰਾਈਡਲ ਵੇਅਰ ਆਈਟਮ ਨੰਬਰ ਹੈਗੀ ਅੱਜ ਦੀ 5 ਜੀ ਅਤੇ ਰੇਟ ਆਏਗਾ 32,480 32,480 ਆਈਟਮ ਨੰਬਰ 5 ਹੈ ਲਓ ਜੀ ਲਾਈਟ ਸਕਾਈ ਬਲੂ ਇਹ ਵੀ ਸਾਰਾ ਟੋਨ ਟੂ ਟੋਨ ਸੈਲਫ ਮੈਚਿੰਗ ਦੇ ਵਿੱਚ ਹੈ ਪਿਓਰ ਕਰੇਪ ਦਾ ਡਿਜ਼ਾਈਨਰ ਸੂਟ ਆਏਗਾ ਇਹ ਵੀ ਬੁਟੀਕ ਸਟਾਈਲ ਸਲੀਕ ਦਾ ਬਾਰਡਰ ਬਣਿਆ ਜ਼ਰਕਨ ਐਂਡ ਦਬਕੇ ਦਾ ਅਤੇ ਨਾਲਾ ਸੀਕਵੈਂਸ ਦਾ ਨਾ ਸਾਰਾ ਸਟੋਨ ਦਾ ਸੈਲਫ ਜਾਲ ਆਏਗਾ ਪ੍ਰੋਪਰ ਜਾਲ ਆ ਗਿਆ ਨਾਲ ਆਏਗੀ ਨੈਕ ਲਾਈਨਿੰਗ ਆਹ ਦੇਖੋ ਨੈਕ ਬਹੁਤ ਸੋਹਣਾ ਬਣਿਆ ਜੂਲਰੀ ਨੈਕ ਬਣਿਆ ਪੂਰੀ ਸ਼ਰਟ ਦੇ ਉੱਪਰ ਪਿਓਰ ਕਰੇਪ ਦੇ ਉੱਪਰ ਸਾਰਾ ਟੋਨ ਟੂ ਟੋਨ ਵਰਕ ਹੈਗਾ ਜੀ ਸਕਾਈ ਬਲੂ ਕਲਰ ਆਏਗਾ ਜੀ ਫੈਬਰਿਕ ਆਲ ਓਵਰ ਸੂਟ ਹੈ ਨਾਲ ਦੁਪੱਟਾ ਦੇਵਾਂਗੇ ਔਰਗੈਂਜ਼ਾ ਦਾ ਤੁਹਾਨੂੰ ਫਾਈਨ ਦੁਪੱਟਾ ਮਿਲੇਗਾ ਐਂਡ ਫਾਈਨ ਵਰਕ ਹੈ ਇਸ ਤਰ੍ਹਾਂ ਹੀ ਕੱਟ ਵਰਕ ਦੇ ਵਿੱਚ ਬਾਰਡਰ ਬਣਿਆ ਅਤੇ ਨਾਲ ਜਾਲ ਆਏਗਾ ਸਾਰਾ ਕੱਟਦਾਨੇ ਦੇ ਵਿੱਚ ਕੱਟਦਾਨਾ ਔਰ ਸਟੋਨ ਦਾ ਕੰਮ ਹੈ ਪੂਰਾ ਜਾਲ ਦੁਪੱਟਾ ਮਿਲੇਗਾ ਇਹਦੀ ਵੀ ਲੁੱਕ ਹੈਵੀ ਹੈ ਪਰ ਪੀਸ ਬਹੁਤ ਰੋਇਲ ਹੈ ਲੁੱਕ ਵੀ ਹੈਵੀ ਹੈ ਅਤੇ ਮਤਲਬ ਕੰਮ ਜਿਹੜਾ ਹੈ ਨਾ ਬੜਾ ਫਾਈਨ ਕੀਤਾ ਹੋਇਆ ਬੜੀ ਦੇਰ ਬਾਅਦ ਬਣ ਕੇ ਆਉਂਦੇ ਨੇ ਪੀਸਿਸ ਓਪਨ ਆਰਡਰ ਹੈ ਜੀ ਇਹ ਪੀਸਾਂ ਦਾ ਦੇਖੋ ਦੁਪੱਟੇ ਦੀ ਗ੍ਰੇਸ ਜਾਲ ਵੀ ਹੈ ਪਰ ਡਿਜ਼ਾਈਨਰ ਆਹ ਲੁੱਕ ਆਉਣੀ ਹੈ ਪੂਰੇ ਸੂਟ ਦੀ ਫੈਬਰਿਕ ਪਿਓਰ ਕਰੇਪ ਹੈ ਕਲਰ ਆਏਗਾ ਸਕਾਈ ਬਲੂ ਆਈਟਮ ਨੰਬਰ ਹੈਗੀ ਹੈ 6 ਅਤੇ ਰੇਟ ਆ ਗਿਆ 16,270 16,270 ਆਈਟਮ ਨੰਬਰ 6 ਜੀ ਲਓ ਜੀ ਡਾਰਕ ਮਜੈਂਟਾ ਕੋਰਲ ਮਜੈਂਟਾ ਪਿਓਰ ਔਰਗੈਂਜ਼ਾ ਵਿਦ ਸੀਕੁਐਂਸ ਐਂਡ ਪਾਲ ਦਾ ਕੰਮ ਕੀਤਾ ਬਿਊਟੀਫੁਲ ਸ਼ਰਟ ਬਣੀ ਜੀ ਜਾਲ ਵੀ ਨਾ ਕੋਈ ਤੁਹਾਨੂੰ ਰੈਗੂਲਰ ਨਹੀਂ ਸ਼ੋਅ ਕਰਾਂਗੇ ਸਾਰੇ ਹੈਂਡ ਦੇ ਕੰਮ ਹੋਣਗੇ ਫਾਈਨ ਵਰਕ ਮਿਲਣਗੇ ਤੁਹਾਨੂੰ ਕਿਤੇ ਵੀ ਮਤਲਬ ਇਹ ਨਹੀਂ ਹੈ ਕਿ ਆਪਾਂ ਕਿ ਖਾਣਾ ਪੂਰਤੀ ਵਾਲੇ ਕੰਮ ਨਹੀਂ ਹੈਗੇ ਪ੍ਰੋਪਰ ਡਿਜ਼ਾਈਨਰ ਪਰ ਡਿਫਰੈਂਟ ਪੀਸ ਤੁਹਾਨੂੰ ਸ਼ੋਅ ਕਰ ਰਹੇ ਹਾਂ ਜਾਲ ਵੀ ਦੇਖੋ ਕਿੰਨਾ ਨੀਟ ਐਂਡ ਕਲੀਨ ਹੈ ਸਕੈਲਪਿੰਗ ਇਹਦਾ ਬਾਰਡਰ ਆਏਗਾ ਕੱਟ ਵਰਕ ਦੇ ਵਿੱਚ ਸੋਲਿਡ ਬਾਰਡਰ ਬਣਿਆ ਸੀਕੁਐਂਸ ਪਲੱਸ ਹੈਗਾ ਜਰਕਨ ਐਂਡ ਪਲ ਦਾ ਕੰਮ ਹੈ ਜੀ ਆਹ ਦੇਖੋ ਆਹ ਨੇੜੇ ਕਰਕੇ ਤੁਹਾਨੂੰ ਸ਼ੋਅ ਕਰਦੇ ਜਾਲ ਦੀ ਬੇਲਾਂ ਬਣੀਆਂ ਕਿੰਨੀ ਸੋਹਣੀ ਬਿਊਟੀਫੁਲ ਔਰਗੈਂਜ਼ਾ ਦੀ ਸ਼ਰਟ ਹੈ
क्रेप की बॉटम आएगी मजेंटा कोरल कलर की नाल दुपट्टा जिहड़ा आएगा प्योर ऑर्गेंजा का दुपट्टे दे भी सेम बॉर्डर बने जी ब्रॉड बॉर्डर है कटवर्क स्टाइल दे विच हैगा पर कम इहदा भी बहुत फाइन हैगा सेम वर्क दा वाला बॉर्डर आएगा पूरा हैवी दुपट्टा मिलेगा चारे पासे बॉर्डर दे विच आ लो कहानी जी पूरी शर्ट दे नाल फोर साइड दुपट्टा है प्रोपर पार्टी वेयर एंड डिजाइनर आइटम नंबर हैगी है जी 7 ते रेट आएगा जी 21,540 21,540 आइटम नंबर 7 कलर भी देखो प्रोपर इंग्लिश है डिजाइनर वेयर सूट ने प्रोपर हैंड वर्क वाले जी जाल भी मिलेगा तुहानू डिजाइनर बेलों वाला जाल है बूटिया वाला जाल है बूटिया वाला जाल है जी सारा सोलिड डोरी दे विच दबका सिले जी एक कोरे दबके दे विच है टोटल मैट फिनिश एंटीक विद पल दी टचिंग होगी सॉलिड बॉर्डर है ते नाल डिजाइनर जाल विद बूटी आएगी जी ऑल ओवर नेक लाइन ही दी लेंथ जिन्नी मर्जी रखो कोई दिक्कत नहीं है अजकल वैसे 44-45 लेंथ आम हो गई है जी कई तो इस तो लंबी भी मंगते हैं पर इनिक स्टैंडर्ड है पेंट प्लाजो जो मर्जी वेयर कर सकते हैं यह बॉर्डर बनया बाजू से बूटी आएगी दबके की पल की नाल इहदी खासियत की है बॉटम क्रेप की बॉटम है ये उपर भी तुम बॉर्डर एंड बूटी मिलेगी तुम पेंट बनानी है प्लाजो बनाना है या शरारा बनाना गरारा बनाना लाइकिंग तुहाडी हैगी है अल्टीमेट कलर है जी प्योर ऑर्गेंजा का विद क्रेप की बॉटम वर्क वाला कंसैप्ट है नाल दुपट्टा देखना इंग्लिश है जी प्रोपर इंग्लिश कलर आ लो आएगा दुपट्टा फोर साइड बॉर्डर विद बूटी हैगी जी दुपट्टे ऑल ओवर प्योर ऑर्गेंजा का ही दुपट्टा जी इस टाइम 90% तुम जो डिजाइनिंग मिलेगी ऑर्गेंजा के उपर मिलेगी ज्यादातर ना आलो आइटम नंबर हैगी है जी 8 रेट आएगा 16,750 16,750 आइटम नंबर 8 है रॉयल ब्लू जी प्योर ऑर्गेंजा दे विच प्रॉपर बुटीक स्टाइल ते गर्लिश आलो लाइट वेट सिर्फ बूटे मिलेंगे पूरी शर्ट ते स्लीक जे ना फिनिशिंग हैगी है नीचे घेरे ते इस तरह बेलां आणगे बूटे पूरी शर्ट डिजाइनर दे विच हल्की जी नेकलाइन बनेगी यह प्रोपर गर्लिश है डार्क एंड ब्राइट कलर आएगा थोड़ा कलरफुल भी है पर डोरी और दबके दे विच सिले थोड़ा बुटीक स्टाइल वाला कंसैप्ट हैगा जाल हैगा पर डिजाइनर लुक दे विच हैगा बॉटम क्रेप दी प्योर ऑर्गेंजा फैब्रिक है स्टैंडर्ड लेंथ दे विच मिलेगा नाल टाई एंड डाई दा दुपट्टा देखो दुपट्टा कितना प्यारा जी टाई एंड डाई दे विच बॉर्डर दी फिनिशिंग लटकन आणगे नाल कॉर्नर बने है ते हल्की हल्की बूटे है कि कंट्रास्ट जिहड़ा है ना रॉयल ब्लू नाल ग्रीन दा कॉम्बीनेशन आएगा फुल टाई एंड डाई दा दुपट्टा हैगा प्योर ऑर्गेंजा दा ये बिल्कुल लाइट वेट है जदों मर्जी कट के पा लो डंप नहीं होंदियां चीजां आइटम नंबर जिहड़ी आएगी जी रॉयल ब्लू दी 9 है ते रेट आएगा 11,540 11,540 आइटम नंबर 9 लो जी पार्टी दी शान फंक्शन दी शान जेट ब्लैक विद थ्रेड वर्क ये आएगा रियल पारसी ब्यूटीफुल प्योर ऑर्गेंजा दे उपर कलरफुल वर्क है सारा थ्रेड दा कोई सिप्पी नहीं कोई स्टोन नहीं प्योर ऑर्गेंजा दी शर्ट है इस तरह ही मल्टी कलर वर्क मिलेगा सारा नोट्स दे विच सिरिया है टोटल रेशम पारसी है जी कलरफुल है पर बहुत सोहने कलर कॉम्बीनेशन इहदे च ना यूज कीते होए ने पूरा जाल भी है ना पूरी शर्ट दा और लेंथ दी कोई दिक्कत नहीं साइज दी घेरे दी कोई दिक्कत नहीं जिन्ना मर्जी रखो काम बड़ा फाइन है जी कलर मैचिंग देखो इहदी थ्रेड दी ना जिहड़े कि अपने डिजाइनर यूज करते ने ना सारे ओही कलर मैचिंग ते ओही वर्क ने जी पूरा हैवी शर्ट बनी है विद बॉर्डर क्रेप दी बॉटम आएगी ऑर्गेंजा दी शर्ट है कलर आएगा जेट ब्लैक और दुपट्टा देखो सेम बॉर्डर वाला जिहड़ा शर्ट ते बॉर्डर है ओही दुपट्टे च आएगा सारा थ्रेड है नोट्स दे विच विद बूटी आएगी ऑल ओवर सेम प्योर ऑर्गेंजा दा ही दुपट्टा जी ये हैगे जी प्रोपर ब्रांड दे कंसैप्ट अगर कुछ डिफरेंट वेयर करने हैं डिफरेंट ने सारे कंसैप्ट आइटम नंबर जिहड़ी हैगी जी जेट ब्लैक दी आइटम नंबर है 10 ते रेट आएगा 23,230 23,230 आइटम नंबर 10 लो जी सूट्स हो गए 10 हुण दिखाने तुहानू 10 वधिया लेटेस्ट साड़ियां जिहड़ी कि बिल्कुल न्यू फैब्रिक और न्यू डिजाइनिंग दे विच मिलेंगी जिस तरह कि डस्टी पिंक कलर दी प्योर ऑर्गेंजा दी ते पल दा जाल है सारा बीड्स और पल दा जाल आएगा टिशू प्योर ग्लास ऑर्गेंजा टिशू ते है फुल 6.5 मीटर की साड़ी होगी विद ब्लाउज होगा कम देखो तुसी परल जरकन कटदाना टोटल सेल्फ जाल है कोई ओवर कंट्रास्ट नहीं है सिंगल मैचिंग दे विच बनी हुई साड़ी हैगी जी ब्यूटीफुल रॉयल कलर एंड सोबर जेंटली पीस है पूरा ऑल ओवर जाल मिलेगा पर हैंड दा फैब्रिक भी नवा है डिजाइनिंग नवी है नाल ब्लाउज आएगा बैक एंड बाजू ब्लाउज दे बने हुए ने आ गए दे स्लीव्स सेम वर्क वाले आ गए दी बैक मतलब के लुक हैवी है पर वेट नहीं है लाइट वेट ने साड़ियां भी दिखावांगे पर सिलेक्टेड तुहानू
ਜੋ ਨਵੇਂ ਨੇ ਉਹ ਲੇਟੈਸਟ ਹੈਗੇ ਨੇ। ਬਿਊਟੀਫੁਲ ਗਲਾਸ ਔਰਗੰਜਾ ਦੀ ਸਾੜੀ ਹੈ ਜੀ ਵਿਦ ਪਰਲ ਐਂਡ ਬੀਡਸ ਦਾ ਕੰਮ ਕੀਤਾ ਸਾਰਾ ਟੋਟਲ ਹੈਂਡ ਦੇ ਵਿੱਚ। ਆਈਟਮ ਨੰਬਰ ਜਿਹੜੀ ਹੈਗੀ ਜੀ ਸਾੜੀ ਦੀ ਕਲਰ ਆਏਗਾ ਡਸਟੀ ਪਿੰਕ, ਆਈਟਮ ਨੰਬਰ ਹੈਗੀ ਹੈ 11 ਤੇ ਰੇਟ ਆਏਗਾ 15,500 15,500 ਆਈਟਮ ਨੰਬਰ 11 ਹੈ। ਨੈਕਸਟ ਆਰਟੀਕਲ ਹੈ ਜੀ ਟਿਸ਼ੂ ਔਰਗੈਂਜ਼ਾ ਦੀ, ਇਹ ਡਸਟੀ ਗ੍ਰੀਨ ਕਲਰ ਦੀ ਸਾੜੀ ਹੈਗੀ ਜੀ ਵਿਦ ਹੈਂਡ ਵਰਕ ਦੇ ਨਾਲ ਸਾਰਾ ਸੀਕੁਐਂਸ ਐਂਡ ਕੱਟਦਾ ਨਾ ਔਰ ਸਕੈਲਪਿੰਗ ਇਹਦਾ 9 ਗਜ਼ ਬੋਰਡਰ ਆਏਗਾ ਤੇ ਨਾਲ ਇਸ ਤਰ੍ਹਾਂ ਹੀ ਨਾ ਕਰੋਸ ਜਾਲ ਆਏਗਾ ਪਿਆਲਾ ਸਟਾਈਲ ਦੇ ਵਿੱਚ ਜਿਹਦੇ ਵਿੱਚ ਕਿ ਕੱਟਦਾ ਨਾ ਔਰ ਜ਼ਰਕਨ ਤੁਹਾਨੂੰ ਆਲ ਓਵਰ ਮਿਲੇਗਾ। ਫੁੱਲ ਬੋਰਡਰ ਬਣਿਆ ਪੂਰੀ ਸਾੜੀ ਦੇ ਵਿੱਚ, ਨੀਟ ਐਂਡ ਕਲੀਨ ਬੋਰਡਰ ਇੰਗਲਿਸ਼ ਕਲਰ ਦੇ ਉੱਪਰ, ਟਿਸ਼ੂ ਔਰਗੈਂਜ਼ਾ ਫੈਬਰਿਕ ਹੈ ਪਰ ਹੈ ਸਾਰਾ ਹੈਂਡ ਵਰਕ ਦੇ ਵਿੱਚ, ਸਿੰਗਲ ਮੈਚਿੰਗ ਸਿਲਵਰ ਵਰਕ ਦੇ ਵਿੱਚ ਇਹ ਕਨਸੈਪਟ ਬਣਿਆ। ਪੂਰਾ ਜਾਲ ਹੈ, ਹੈਵੀ ਲੁੱਕ ਸਾੜੀ ਹੈ ਤੇ ਵਿਦ ਆਏਗਾ ਬਲਾਊਜ਼, ਬਲਾਊਜ਼ ਨਾਲ ਹੈਗਾ ਹੈਵੀ ਬੈਕ ਬਣੀ ਹੋਈ ਹੈ ਬਲਾਊਜ਼ ਦੀ, ਆਹ ਦੇਖੋ ਇਸ ਤਰ੍ਹਾਂ ਨੈਕਲਾਈਨ ਬਣੀ ਹੈ ਤੇ ਜਾਲ ਬਣਿਆ ਬੈਕ ਤੇ, ਨਾਲ ਆਏਗੇ ਬਾਜ਼ੂ, ਬਾਜ਼ੂ ਤੇ ਬੋਰਡਰ ਮਿਲੇਗਾ ਤੁਹਾਨੂੰ ਇਸ ਤਰ੍ਹਾਂ ਹੀ ਹੈਂਡ ਵਰਕ ਦਾ ਤੇ ਜਾਲ ਮਿਲੇਗਾ ਲਾਈਟ ਵੇਟ। ਇਹ ਹੈਗਾ ਜੀ ਪਿਓਰ ਟਿਸ਼ੂ ਔਰਗੈਂਜ਼ਾ, ਕਲਰ ਆਏਗਾ ਡਸਟੀ ਗ੍ਰੀਨ, ਕੰਮ ਸਾਰਾ ਹੈਂਡ ਦਾ ਪਰ ਸਾੜੀ ਬਹੁਤ ਹੈਗੀ ਹੈ ਪ੍ਰੋਪਰ ਪਾਰਟੀ ਵੇਅਰ ਐਂਡ ਡਿਜ਼ਾਈਨਰ। ਇਹ ਹੈਗੀ ਹੈ ਜੀ ਸਾੜੀ ਦੀ ਆਈਟਮ ਨੰਬਰ ਜਿਹੜੀ ਹੈਗੀ ਹੈ ਜੀ 12, ਆਹ ਲਓ ਆ ਗਿਆ ਇਹਦਾ ਆਈਟਮ ਨੰਬਰ ਤੇ ਆ ਗਿਆ ਇਹਦਾ ਰੇਟ 15,040 15,040 ਆਈਟਮ ਨੰਬਰ 12 ਜੀ। ਲਓ ਜੀ ਗਲੈਮਰਸ ਲੁੱਕ ਦੀ ਜੈੱਟ ਬਲੈਕ ਸਾੜੀ, ਫੈਬਰਿਕ ਆਏਗੀ ਸ਼ੁਮਾਏ ਸਾਟਨ, ਕੰਮ ਇਹਦੇ ਉੱਪਰ ਸਾਰਾ ਸਰਵੋਸਕੀ ਦਾ ਹੈ। ਇਹਦੀ ਖਾਸੀਅਤ ਕੀ ਹੈ ਨਾ, LED ਸਰਵੋਸਕੀ ਹੈ, ਇਹ ਬਲੈਕ ਵੀ ਲੱਗੀ ਹੈ ਤੇ ਸਿਲਵਰ ਵੀ ਹੈ ਤੇ ਗੋਲਡ ਵੀ ਹੈ, ਮਤਲਬ ਮਿਕਸ ਹੈਗਾ ਫੈਬਰਿਕ, ਮਤਲਬ ਬਿਲਕੁਲ ਲਾਈਟ ਵੇਟ ਫੈਬਰਿਕ ਹੈਗਾ ਪਰ ਸਾੜੀ ਪਹਿਨੀ ਬਹੁਤ ਸੋਹਣੀ ਲੱਗਦੀ ਹੈ। ਜਾਲ ਵੀ ਹੈਗਾ ਪ੍ਰੋਪਰ ਗਰਲਿਸ਼ ਔਰ ਡਿਜ਼ਾਈਨਰ, ਵਾਈਟ ਐਂਡ ਬਲੈਕ ਤਾਂ ਵੈਸੇ ਵੀ ਆਈ ਕੈਚਿੰਗ ਕਲਰਸ ਹੁੰਦੇ ਨੇ, ਪਾਰਟੀ ਫੰਕਸ਼ਨ ਦੇ ਪਾਏ ਬਿਲਕੁਲ ਡਿਫਰੈਂਟ ਲੱਗਦੇ ਨੇ। ਸਾਰਾ ਟੋਟਲ ਹੈਵੀ ਲੁੱਕ ਸਾੜੀ ਹੈ ਪਰ ਵੇਟ ਨਹੀਂ ਆਏਗਾ, ਹੈ ਲਾਈਟ ਵੇਟ ਵੀ, ਪੂਰਾ ਡਮਾਉਂਟਿੰਗ ਵਰਕ ਮਿਲੇਗਾ। ਜੈੱਟ ਬਲੈਕ ਪਿਓਰ ਸ਼ੁਮਾਏ ਦੀ ਸਾੜੀ ਹੈ ਜੀ ਵਿਦ ਬਲਾਊਜ਼ ਆਏਗੀ, ਇਹ ਵੀ ਆਹ ਬਲਾਊਜ਼ ਹੈਗਾ, ਹਲਕੇ ਹਲਕੇ ਬੈਕ ਤੇ ਨਾ ਬੂਟੀ ਵਿਦ ਬੋਰਡਰ ਬਣਿਆ, ਸੈਲਫ ਵਾਲਾ ਬੋਰਡਰ ਹੈਗਾ, ਨਾਲ ਬਾਜ਼ੂ ਤੇ ਕੰਮ ਮਿਲੇਗਾ ਪਰ ਗਰਲਿਸ਼ ਔਰ ਡਿਜ਼ਾਈਨਰ। ਇਹ ਜਿਹੜੇ ਮਤਲਬ ਕਿ ਨਾ ਜਦੋਂ ਮਰਜ਼ੀ ਮਤਲਬ ਕਹਿ ਲਓ ਨਾ ਪੈਸੇ ਵਸੂਲ ਆਈਟਮ ਨਾ ਜੀ, ਜਦੋਂ ਮਰਜ਼ੀ ਕੱਢ ਕੇ ਪਾਓ ਵੇਅਰ ਹੋਣਗੇ। ਲਓ ਜੀ ਆਈਟਮ ਨੰਬਰ ਹੈਗੀ ਹੈ ਜੀ ਬਲੈਕ ਸਾੜੀ ਦੀ 13 ਨੰਬਰ ਆਈਟਮ ਹੈ ਤੇ ਰੇਟ ਆਏਗਾ 6,200 6,200 ਓਨਲੀ ਜੀ ਆਈਟਮ ਨੰਬਰ 13। ਲਓ ਜੀ ਪਿਓਰ ਸਿਲਕ ਦੀ ਡਿਜ਼ਾਈਨਰ ਸਾੜੀ, ਸਾੜੀ ਥੋੜ੍ਹੀ ਲਾਈਟ ਹੈ ਪਰ ਬਲਾਊਜ਼ ਹੈਵੀ ਮਿਲੇਗਾ ਪ੍ਰੋਪਰ ਡਿਜ਼ਾਈਨਰ ਵਿੱਚ। ਇਸ ਤਰ੍ਹਾਂ ਹੀ ਨਾ ਪਿਓਰ ਟਿਸ਼ੂ ਦੇ ਉੱਪਰ ਸ਼ੈਂਪੇਨ ਗੋਲਡ ਕਲਰ ਹੈ, ਹਲਕੀ ਹਲਕੀ ਬੂਟੀ ਵਿਦ ਬੋਰਡਰ ਆਏਗਾ, ਕੰਟਰਾਸਟ ਬਰਾਊਨ ਐਂਡ ਬਲੂ ਕਲਰ ਦਾ ਇਹਦੇ ਉੱਪਰ ਤੁਹਾਨੂੰ ਮਿਲੇਗਾ ਹੈਂਡ ਵਰਕ। ਟੋਟਲ 9 ਗਜ਼ ਬੋਰਡਰ ਬਣਿਆ ਹੈਂਡ ਵਰਕ ਦੇ ਨਾਲ, ਪੱਲੇ ਦੇ ਵਿੱਚ ਇਸ ਤਰ੍ਹਾਂ ਜਿਗ ਜੈਗ ਸਟਾਈਲ ਤੇ ਬੋਰਡਰ ਬਣਿਆ, ਪੱਲਾ ਕੰਟਰਾਸਟ ਆਏਗਾ ਇਸ ਤਰ੍ਹਾਂ, ਪੂਰਾ ਹੈਵੀ ਲੁੱਕ ਪੱਲਾ ਬਣਿਆ ਵਿਦ ਬੋਰਡਰ ਆਲ ਓਵਰ ਬੂਟੀ ਹੈ ਜੀ। ਨੀਚੇ ਸਕਰਟ ਦੇ ਵਿੱਚ ਵੀ ਸੇਮ ਬੋਰਡਰ ਆਏਗਾ, ਕਲਰ ਆਏਗਾ ਸ਼ੈਂਪੇਨ ਗੋਲਡ, ਫੈਬਰਿਕ ਹੈਗਾ ਟਿਸ਼ੂ ਪਿਓਰ ਟਿਸ਼ੂ ਕਰੇਪ ਦੇ ਉੱਪਰ ਹੈ, ਆਣਗੇ ਦੇ ਸਲੀਵਸ। ਇਹ ਹੈਗੇ ਬੁਟੀਕ ਸਟਾਈਲ ਐਂਡ ਡਿਜ਼ਾਈਨਰ, ਕਲਰ ਮੈਚਿੰਗ ਦੇਖੋ ਬਲੂ ਲੱਗੀ ਹੈ, ਕੌਫੀ ਲੱਗੀ ਹੈ ਤੇ ਪੀਚ ਕਲਰ ਦੀ ਕੋਂਬੀਨੇਸ਼ਨ ਹੈਗਾ। ਪੂਰੇ ਹੈਵੀ ਬਾਜ਼ੂ ਤੇ ਬੈਕ ਫਰੰਟ ਦੋਨੋਂ ਮਿਲਣਗੇ ਜੀ ਬਲਾਊਜ਼ ਦੀ। ਇਹ ਰੈਡੀਮੇਡ ਸਟਾਈਲ ਦਾ ਬਲਾਊਜ਼ ਬਣਿਆ ਫਰੰਟ ਔਰ ਬੈਕ ਤੋਂ, ਪੂਰਾ ਹੈਵੀ ਬਲਾਊਜ਼ ਵਿਦ 9 ਗਜ਼ ਬੋਰਡਰ ਵਿਦ ਪੱਲਾ ਔਰ ਟਿਸ਼ੂ। ਬੜਾ ਫੈਬਰਿਕ ਜਿਹੜਾ ਨਾ ਇਸ ਟਾਈਮ ਨੰਬਰ 1 ਜਾ ਰਿਹਾ ਜੀ, ਫੁੱਲ ਨੰਬਰ 1 ਫੈਬਰਿਕ ਜਾ ਰਿਹਾ, ਟਿਸ਼ੂ ਹੋ ਗਿਆ ਔਰਗੈਂਜ਼ਾ ਹੋ ਗਿਆ, ਅਲਟੀਮੇਟ ਸਾੜੀ ਹੈ, ਸੈਲੀਬ੍ਰਿਟੀ ਸਟਾਈਲ ਦੀ ਸਾੜੀ ਹੈਗੀ ਜੀ। ਆਈਟਮ ਨੰਬਰ ਜਿਹੜੀ ਹੈਗੀ ਹੈ ਜੀ ਸਾੜੀ ਦੀ ਆਏਗੀ 14 ਨੰਬਰ ਆਈਟਮ ਹੈ ਤੇ ਰੇਟ ਆ ਗਿਆ 13,140 13,140 ਆਈਟਮ ਨੰਬਰ 14। ਨੈਕਸਟ ਆਰਟੀਕਲ ਹੈ ਜੀ ਪਿਓਰ ਸ਼ੈਲਨੇ ਦੇ ਵਿੱਚ ਵਿਦ ਡਿਪੋਂਟਿੰਗ ਐਂਡ ਸਟੋਨ ਵਰਕ, ਬਰੀਕੀ ਦਾ ਕੰਮ ਹੈ, ਫੈਬਰਿਕ ਬੜਾ ਫਾਈਨ ਹੈ, ਇੰਪੋਰਟਡ ਫੈਬਰਿਕ ਹੈ, ਬੜਾ ਹੀ ਰੋਇਲ ਔਰ ਇੰਗਲਿਸ਼ ਕਲਰ ਹੈ, ਸਾਰਾ ਪਿਓਰ ਸ਼ੈਲਨੇ, ਸ਼ੈਲਨੇ ਦੇ ਉੱਪਰ ਆਏਗਾ ਬਰੀਕ ਸਟੋਨ ਵਰਕ, ਹਲਕਾ ਹਲਕਾ ਨਾ ਸਾਰਾ ਸਟੋਨ ਦੇ ਨਾਲ ਸਿਲਿਆ ਹੋਇਆ, ਲਾਈਟ ਗ੍ਰੇ ਕਲਰ ਦੇ ਸਟੋਨਸ ਯੂਜ਼ ਕੀਤੇ ਨੇ, ਸਿਲਵਰ ਗ੍ਰੇ ਦੇ ਵਿੱਚ ਆਲ ਓਵਰ ਬੋਰਡਰ ਬਣਿਆ, 9 ਗਜ਼ ਬਰੋਡ ਬੋਰਡਰ ਆਏਗਾ, ਪੂਰਾ ਸੈਲਫ ਜਾਲ ਹੈ, ਸ਼ੈਲਨੇ ਦੇ ਵਿੱਚ ਸ਼ੈਲਨੇ ਦੀ ਸਾੜੀ ਹੈ, ਪੂਰਾ ਹੈਵੀ ਕੰਮ ਕੀਤਾ, ਲੁੱਕ ਵੀ ਹੈਵੀ ਹੈ ਪਰ ਗ੍ਰੇਸ ਬਹੁਤ ਹੈਗੀ ਹੈ। ਬਲਾਊਜ਼ ਜਿਹੜਾ ਆਏਗਾ ਪਿਓਰ ਸ਼ੁਮਾਏ ਦਾ, ਫਰੰਟ ਐਂਡ ਬੈਕ ਦੋਨੋਂ ਬਣੀ ਹੈ ਬਲਾਊਜ਼ ਦੀ ਵੀ, ਪੂਰਾ ਡਿਬੋਂਟਿੰਗ ਵਰਕ, ਸਟੋਨ ਔਰ ਸਰਵੋਸਕੀ ਵਰਕ ਮਿਲੇਗਾ ਬਾਜ਼ੂ ਤੇ ਵੀ, ਬੈਕ ਫਰੰਟ ਦੋਨੋਂ ਆਏਗੀ ਬਲਾਊਜ਼ ਦੀ, ਪੂਰਾ ਹੈਵੀ ਬਲਾਊਜ਼ ਬਣਿਆ ਰੈਡੀਮੇਡ ਸਟਾਈਲ ਦਾ। ਜਦੋਂ ਸਟਿਚ ਹੁੰਦੇ ਨਾ ਬੜਾ ਹੀ ਅਲਟੀਮੇਟ ਲੱਗਦਾ, ਪਾਇਆ ਕਨਸੈਪਟ ਨਾ ਬਹੁਤ ਸੋਹਣਾ ਲੱਗਦਾ, ਕਿਉਂਕਿ ਫੈਬਰਿਕ ਦੀ ਜਿਹੜੀ ਗ੍ਰੇਸ ਹੈ ਨਾ ਉਹ ਆਪਣੀ ਹੈ, ਲੁੱਕ ਆਪਣੀ ਹੈ, ਸਾਰੀ ਖੱਡੀ ਵਰਗੀ ਲੁੱਕ ਆਏਗੀ, ਬਨਾਰਸੀ ਵੀਵਿੰਗ ਵਰਗੀ, ਪਰ ਬਹੁਤ ਗ੍ਰੇਸਫੁੱਲ ਹੈ। ਕਲਰ ਆਏਗਾ ਲਾਈਟ ਪਿਸਤਾ ਗ੍ਰੀਨ, ਫੈਬਰਿਕ ਹੈਗਾ ਪਿਓਰ ਆਪਣਾ ਸ਼ੈਨਲੇ ਦੇ ਵਿੱਚ, ਕੰਮ ਜਿਹੜਾ ਹੈਗਾ ਸਰਵੋਸਕੀ ਦਾ, ਆਈਟਮ ਨੰਬਰ ਹੈਗੀ ਹੈ 15 ਤੇ ਰੇਟ ਆਏਗਾ 19,380 19,380 ਆਈਟਮ ਨੰਬਰ 15 ਹੈ। ਲਓ ਜੀ ਪਿਓਰ ਜੋਜੜ ਦੀ ਬੋਟਲ ਗ੍ਰੀਨ ਕਲਰ, ਇਹ ਐਕਚੁਲੀ ਨਾ ਜਿਹੜਾ ਕੰਮ ਹੈ ਨਾ ਕਸ਼ਮੀਰੀ ਟਾਂਕੇ ਦੇ ਵਿੱਚ ਬਣਿਆ ਸੀ, ਪਰ ਹੁਣ ਜਿਹੜਾ ਅਸੀਂ ਬਣਵਾਇਆ ਸੈਲਫ ਮੈਚਿੰਗ ਦੇ ਵਿੱਚ, ਇਸ ਤਰ੍ਹਾਂ ਹੀ ਅੰਬੀਆਂ ਵਾਲਾ ਜਾਲ ਬਣਿਆ, ਪਰ ਪਹਿਲੇ ਸਾਰਾ ਜਿਹੜਾ ਨਾ ਥਰੈਡ ਵਰਕ ਹੈ, ਪਿਓਰ ਜੋਜੜ ਫੈਬਰਿਕ ਹੈ, ਸਾਰਾ ਸੈਲਫ ਮੈਚਿੰਗ ਦੇ ਉੱਪਰ ਗ੍ਰੀਨ ਦੇ ਉੱਪਰ ਗ੍ਰੀਨ ਆਏਗਾ, ਸਰਵੋਸਕੀ ਦਾ ਬੋਰਡਰ ਮਿਲੇਗਾ ਪੱਲੇ 'ਤੇ,
ਸਾਰਾ 9 ਗਜ਼ ਬਾਰਡਰ ਹੈ, ਸਾਰਾ ਡਮੋਂਟਿੰਗ ਦੇ ਵਿੱਚ ਵਿਦ ਅੰਬੀਆਂ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਸਟੋਨ ਵਰਕ ਮਿਲੇਗਾ ਔਰ ਕੰਟੀਨਿਊ ਜਾਲ ਹੈ ਪਿਓਰ ਜੋਰਜਟ ਦਾ ਨਾ ਲੁੱਕ। ਹੈਵੀ ਸਾੜੀ ਹੈ, ਪ੍ਰੋਪਰ ਡਿਜ਼ਾਈਨਰ ਔਰ ਡਿਫਰੈਂਟ ਕਲਰ, ਬੜਾ ਫਾਈਨ ਹੈ, ਪਾਕਿਸਤਾਨੀ ਗ੍ਰੀਨ ਕਲਰ ਹੈ ਵਿਦ ਹੈਵੀ ਬਲਾਊਜ਼ ਆਏਗਾ। ਫੈਬਰਿਕ ਤਾਂ ਹੈਗਾ ਹੀ ਫਾਈਨ, ਕੰਮ ਵੀ ਬਹੁਤ ਫਾਈਨ ਨੇ। ਇਸ ਤਰ੍ਹਾਂ ਹੀ ਬੈਕ ਬਣੀ ਹੈ, ਆਹ ਫਰੰਟ ਬਣੀ ਹੈ, ਆਹ ਬਾਜ਼ੂ ਬਣੇ ਨੇ, ਪੂਰਾ ਹੈਵੀ ਬਲਾਊਜ਼ ਮਿਲੇਗਾ। ਮਤਲਬ ਕਿਤੇ ਵੀ ਡਿਜ਼ਾਈਨਰ ਨੇ ਕਮੀ ਨਹੀਂ ਛੱਡੀ, ਫੈਬਰਿਕ ਤਾਂ ਪਿਓਰ ਹੈ, ਕੰਮ ਵੀ ਬੜਾ ਪਿਓਰ ਕੀਤਾ ਜੀ। ਅਲਟੀਮੇਟ ਸਾੜੀ ਹੈ ਜੀ, ਕਲਰ ਬਹੁਤ ਸੋਹਣਾ ਹੈ, ਪਾਰਟੀ ਫੰਕਸ਼ਨ ਤੇ ਪਾਓ, ਵੇਅਰ ਹੋਏਗੀ। ਲੁੱਕ ਹੈਵੀ ਹੈ ਪਰ ਵੇਟ ਨਹੀਂ ਹੈ। ਬੋਟਲ ਗ੍ਰੀਨ ਕਲਰ ਦੀ ਸਾੜੀ ਆਏਗੀ ਜੀ, ਆਈਟਮ ਨੰਬਰ ਹੈਗੀ ਹੈ 16 ਤੇ ਰੇਟ ਆਏਗਾ 13,180, 13,180, ਆਈਟਮ ਨੰਬਰ 16 ਹੈ। ਲਓ ਜੀ, ਬਲੱਡ ਰੈੱਡ, ਪ੍ਰੋਪਰ ਰੈੱਡ ਇਹ ਸਾੜੀ ਤਾਂ ਜੀ ਗਿਫਟ ਹੈ, ਸਮਝ ਲਓ ਗਿਫਟ ਵਾਂਗੂ ਹੈ ਜੀ। ਰੇਟ ਹੈ ਨਾ ਵੇਟ ਹੈ ਨਾ ਰੇਟ ਹੈ, ਪਿਓਰ ਜੋਰਜਟ ਦੀ ਨਾ ਆਰੀ ਵਰਕ ਦੀ ਵਿਦ ਸਰਬੋਸਕੀ ਵਰਕ ਵਾਲਾ ਜਾਲ ਬਣਿਆ, ਪਰ ਸੈਲਫ ਹੈ, ਕੋਈ ਵੀ ਕੰਟਰਾਸਟ ਨਹੀਂ ਹੈ। ਕੱਟ ਵਰਕ ਸਟਾਈਲ ਦਾ ਇਹਦਾ ਪੱਲਾ ਆਏਗਾ ਵਿਦ ਬਾਰਡਰ ਵੀ ਜਿਹੜਾ ਕੱਟ ਵਰਕ ਦੇ ਵਿੱਚ ਬਣਿਆ, ਪਰ ਬਹੁਤ ਐਲੀਗੈਂਟ ਹੈ। ਤੁਸੀਂ ਰੇਟ ਸੁਣੋਗੇ ਸਾੜੀ ਕਹੋਗੇ ਪੈਕ ਕਰ ਦਿਓ, ਇੰਨੀ ਪਿਆਰੀ ਸਾੜੀ ਹੈ ਵਿਦ ਥਰੈਡ ਐਂਡ ਸਰਬੋਸਕੀ ਦਾ ਕੰਮ ਕੀਤਾ, ਪੂਰਾ ਜਾਲ ਮਿਲੇਗਾ। ਲੁੱਕ ਹੈਵੀ ਹੈ, ਪਿਓਰ ਜੋਰਜਟ ਦੀ ਸਾੜੀ ਹੈ ਵਿਦ ਬਲਾਊਜ਼, ਨਾਲ ਬਲਾਊਜ਼ ਵੀ ਤੁਹਾਨੂੰ ਨਾਲ ਦੇਵਾਂਗੇ ਆਪਣਾ, ਰੈਡੀ ਟੂ ਵੇਅਰ ਕਰਾਓ, ਸਟਿਚ ਕਰਾਓ। ਇਸ ਤਰ੍ਹਾਂ ਹੀ ਬੈਕ ਬਣੀ ਹੈ ਬਲਾਊਜ਼ ਦੀ, ਨਾਲ ਬਾਜ਼ੂ ਬਣੇ ਹੋਏ ਨੇ। ਮਤਲਬ ਕਿ ਕਹਿੰਦੇ ਆ ਨਾ ਇਹ ਖਾਣੇ ਤੋਂ ਬਾਅਦ ਵਾਲੇ ਸਵੀਟ ਡਿਸ਼ ਨੇ ਜੀ, ਜਦੋਂ ਮਰਜ਼ੀ ਵੇਅਰ ਕਰੋ ਤੇ ਪਾਓ, ਠੀਕ ਹੈ ਨਾ ਜੀ। ਇੱਕ ਵਾਰੀ ਪਾ ਲਓ ਪੈਸੇ ਪੂਰੇ। ਆ ਲਓ ਜੀ, ਆ ਗਈ ਆਈਟਮ ਨੰਬਰ ਇਹਦੀ 17 ਔਰ ਰੇਟ ਦੇਖ ਲਓ। ਪਿਓਰ ਜੋਰਜਟ ਦੀ ਸਾੜੀ ਦੇ ਰਹੇ 4380 ਜੀ, 4380 ਓਨਲੀ, ਆਈਟਮ ਨੰਬਰ ਆਏਗੀ 17, ਕਲਰ ਆਏਗਾ ਰੈੱਡ। ਲਓ ਜੀ, ਪਿਓਰ ਔਰਗੈਂਜ਼ਾ ਨੈੱਟ ਦੇ ਉੱਪਰ। ਨੈਕਸਟ ਆਰਟੀਕਲ ਸਾਰਾ ਜੁਵਲਰੀ ਵਰਕ ਹੈ ਜੀ, ਜਾਲ ਹੈਗਾ ਪਰ ਡਿਜ਼ਾਈਨਰ ਵਿਦ ਪੱਲਾ ਹੈਵੀ ਹੋਏਗਾ, 9 ਗੋਜ਼ ਬਾਰਡਰ ਮਿਲੇਗਾ, ਨਾਲ ਲਾਈਟ, ਪਤਾ ਕਿ ਇਹ ਕੰਮ ਦੋਨੋਂ ਮਿਕਸ ਹੈਗੇ ਨੇ, ਲਾਈਟ ਗੋਲਡ ਵੀ ਹੈ, ਸਿਲਵਰ ਵੀ ਹੈ, ਜਿਹਦਾ ਲੱਗਦਾ ਕਿ ਸਟੋਨ ਵਰਕ ਕੀਤਾ ਜਰਕਨ ਦੇ ਨਾਲ, ਉਹ ਸਟੋਨ ਔਰ ਪਿੱਟਾ ਔਰ ਰੇਸ਼ਮ ਦੇ ਵਿੱਚ ਬਣਿਆ, ਪੂਰਾ ਪੱਲਾ ਹੈਵੀ ਮਿਲੇਗਾ, ਟਸਲਸ ਆਣਗੇ, ਡਿਜ਼ਾਈਨਰ ਪੱਲਾ ਵਿਦ ਬਾਰਡਰ ਹੈ 9 ਗੋਜ਼, ਅਤੇ ਨਾਲ ਇਸ ਤਰ੍ਹਾਂ ਕ੍ਰੋਸ ਜਾਲ ਹੈਗਾ ਪੂਰਾ ਆਲ ਓਵਰ ਸਾੜੀ ਦੇ ਵਿੱਚ। ਫੈਬਰਿਕ ਜਿਹੜਾ ਹੈਗਾ ਟਿਸ਼ੂ ਔਰਗੈਂਜ਼ਾ ਨੈੱਟ ਔਰਗੈਂਜ਼ਾ ਦੇ ਉੱਪਰ ਹੈ, ਅਤੇ ਕਲਰ ਜਿਹੜਾ ਹੈਗਾ ਸ਼ੈਂਪੇਨ ਗੋਲਡ ਹੈ, ਬਿਊਟੀਫੁਲ ਕਲਰ ਹੈ ਜੀ ਇੰਗਲਿਸ਼, ਬੜਾ ਹੀ ਰੋਇਲ ਕਲਰ ਹੈ। ਲੁੱਕ ਹੈਵੀ ਹੈ ਸਾੜੀ ਦੀ, ਜਦੋਂ ਮਰਜ਼ੀ ਕੱਢ ਕੇ ਪਾਓ, ਵੇਅਰ ਹੋਣਗੀਆਂ ਤੁਹਾਡੀ ਇਹ ਫੰਕਸ਼ਨ ਦੇ ਵਿੱਚ ਨਾ, ਚੀਜ਼ਾਂ ਪਾਈ ਜਾਣਗੀਆਂ ਜੀ। ਆ ਲਓ, ਆ ਇਹਦਾ ਪੱਲਾ ਬਣਿਆ ਖੁਦ ਜਾਲ, ਆਈਟਮ ਨੰਬਰ ਹੈਗੀ ਹੈ ਜੀ ਅੱਜ ਦੀ ਹੈਗੀ ਹੈ 18 ਔਰ ਰੇਟ ਦੇਖੋ, ਐਂ ਲੱਗੇਗੀ ਜੀ 25-30 ਹਜ਼ਾਰ ਦੀ ਸਾੜੀ ਹੈ, 9490 ਓਨਲੀ, 9490, 8 ਆਈਟਮ ਨੰਬਰ 18 ਹੈ ਜੀ। ਲਓ ਜੀ, ਗਰਲਿਸ਼ ਔਰ ਲਾਈਟ ਵੇਟ ਸਾੜੀ, ਪਿਓਰ ਸਰਬੋਸਕੀ ਦੀ, ਆਫ ਵਾਈਟ ਕਲਰ ਦੀ, ਫੈਬਰਿਕ ਪਿਓਰ ਸ਼ੁਮਾਏ ਸਾਟਨ ਦੇ ਹੈ ਜੀ, ਸਾਰਾ ਸਿੰਗਲ ਮੈਚਿੰਗ ਸਟੋਨ ਦਾ ਕੰਮ ਹੈ ਸਰਬੋਸਕੀ ਦਾ, ਬੜੀ ਲਾਈਟ ਵੇਟ ਔਰ ਬਹੁਤ ਰੋਇਲ ਔਰ ਗਰਲਿਸ਼ ਸਾੜੀ ਹੈ ਜੀ, ਆਈ ਕੈਚਿੰਗ ਕਲਰਸ ਨੇ ਜੀ, ਬਿਊਟੀਫੁਲ ਆਈਵਰੀ ਆਫ ਵਾਈਟ, ਪੂਰਾ ਜਾਲ ਹੈ ਕੰਟੀਨਿਊ ਵਿਦ ਬਾਰਡਰ, ਸਾਰਾ ਸਕਰਟ ਦੇ ਵਿੱਚ ਜਾਲ ਮਿਲੇਗਾ, ਥੋੜ੍ਹੀ ਸ਼ਾਈਨਿੰਗ ਹੈ ਪਰ ਅੱਛੀ ਲੱਗਦੀ ਹੈ, ਗਲੈਮਰਸ ਲੁੱਕ ਹੈ, ਪਰ ਬਲਾਊਜ਼ ਵੀ ਬਹੁਤ ਸੋਹਣਾ ਬਣਿਆ, ਨਾਲ ਇਹਦੇ ਬਲਾਊਜ਼ ਆਏਗਾ, ਬਲਾਊਜ਼ ਦਾ ਵੀ ਵਰਕ ਦਿਖਾ ਦੇ ਬੇਟੇ ਇੱਕ ਵਾਰੀ ਇਹਨਾਂ ਨਾਲ। ਆ ਲਓ, ਆ ਗਿਆ ਇਹਦਾ ਬਲਾਊਜ਼ ਜੀ, ਫੁੱਲ ਰਨਿੰਗ ਜਾਲ ਆਏਗਾ ਸਰਬੋਸਕੀ ਦਾ, ਬਲਾਊਜ਼ ਦੀ ਨਾ ਬੈਕ ਐਂਡ ਬਾਜ਼ੂ ਬਣੇ ਨੇ ਪੁੱਠਾ, ਆ ਗਿਆ ਇਹਦਾ ਬਲਾਊਜ਼, ਐਲੀਗੈਂਟ ਗਰਲਿਸ਼ ਔਰ ਡਿਜ਼ਾਈਨਰ, ਬੈਕ ਫਰੰਟ ਸੋਰੀ ਬੈਕ ਐਂਡ ਬਾਜ਼ੂ ਬਣੇ ਨੇ, ਫੁੱਲ ਜ਼ਰਕਨ ਵਰਕ ਦੇ ਵਿੱਚ, ਸਿੰਗਲ ਮੈਚਿੰਗ ਦੀ ਸਿਲਵਰ ਵਰਕ ਵਾਲੀ ਸਾੜੀ ਹੈ, ਲਾਈਟ ਵੇਟ, ਪਿਓਰ ਸ਼ੁਮਾਈ ਸਾਟਨ ਹੈ, ਫੈਬਰਿਕ ਦੇਖੋ ਕਿੰਨਾ ਫਾਈਨ ਹੈ, ਬੜੇ ਸੋਹਣੇ ਪਲੀਟਸ ਆਣਗੇ, ਸਟਿਚ ਕਰਾ ਲਓ, ਰੈਡੀ ਟੂ ਵੇਅਰ, ਸਟਿਚ ਵੀ ਹੋ ਜਾਂਦੀ ਹੈ, ਅੱਜ ਕੱਲ੍ਹ ਸਾੜੀ ਸਭ ਦਾ ਇੰਤਜ਼ਾਮ ਹੈਗਾ ਆਪਣੇ ਕੋਈ ਦਿੱਕਤ ਨਹੀਂ। ਲਓ ਜੀ, ਇਹ ਹੈਗੀ ਹੈ ਜੀ ਪਿਓਰ ਆਫ ਵਾਈਟ ਸਾੜੀ, ਪਿਓਰ ਸ਼ੁਮਾਈ ਸਾਟਨ ਦੀ। ਲਓ ਜੀ, ਰੇਟ ਨਾ ਵੇਟ, ਆਈਟਮ ਨੰਬਰ 19 ਅਤੇ ਰੇਟ ਦੇਖੋ 5620, 5620 ਓਨਲੀ। ਅੱਜ ਦੀ ਲਾਸਟ ਆਈਟਮ ਜਿਹੜੀ ਹੈਗੀ ਡਿਜ਼ਾਈਨਰ ਸਾੜੀ, ਪ੍ਰੋਪਰ ਬੁਟੀਕ ਸਟਾਈਲ ਪਰ ਕੰਮ ਜਿਹੜਾ ਦੇਖਣਾ ਇਹਦਾ, ਪਿਓਰ ਜੋਰਜਟ ਸਾੜੀ ਹੈ ਪੀਕੋਕ ਬਲੂ ਕਲਰ ਦੀ। ਇਹਦੇ 'ਚ ਕੀ ਹੈ ਕਿ ਨਾ ਕੰਟਰਾਸਟ ਵਰਕ ਹੈ, ਪਹਿਲੇ ਤਾਂ ਸਾਰੀ ਸੈਲਫ ਦਾ ਜਾਲ ਹੈ, ਸਿਕਵਨ ਦਾ ਸੈਲਫ ਜਾਲ ਆ ਗਿਆ, ਨਾਲ ਜਿਹੜਾ ਕੰਮ ਕੀਤਾ ਨਾ ਬਲੈਕ ਹੈਗਾ, ਪੀਕੋਕ ਇੰਟੂ ਬਲੈਕ ਦਾ ਕੰਬੀਨੇਸ਼ਨ ਹੈ, ਬਲੈਕ ਕੱਟਦਾਣਾ ਐਂਡ ਸਿਕਵਨ ਕੱਟਦਾਣਾ ਲੱਗਾ, ਪਰ ਡਿਜ਼ਾਈਨਰ ਲੁੱਕ ਦਿੱਤੀ ਹੈ ਸਾੜੀ ਦੀ, ਪੱਲੇ ਤੋਂ ਲੈ ਕੇ ਨਾ ਪੂਰਾ ਰਨਿੰਗ ਜਾਲ ਆਏਗਾ ਸਕਰਟ ਤੱਕ, ਫੁੱਲ ਹੈਵੀ ਲੁੱਕ ਸਾੜੀ ਹੈ ਜੀ, ਪਿਓਰ ਜੋਰਜਟ ਦੀ ਸਾੜੀ ਹੈ, ਕਲਰ ਆਏਗਾ ਪੀਕੋਕ ਬਲੂ, ਸਕਰਟ ਦੇ ਵਿੱਚ ਵੀ ਤੁਹਾਨੂੰ ਇੱਦਾਂ ਹੀ ਬੇਲਾਂ ਮਿਲਣਗੇ, ਜਾਲ ਮਿਲੇਗਾ ਔਰ ਬਲਾਊਜ਼ ਮਿਲੇਗਾ ਤੁਹਾਨੂੰ ਇਹਦਾ ਹੈਵੀ, ਕਿਉਂਕਿ ਰੈਡੀਮੇਡ ਸਟਾਈਲ ਦੇ ਇਹਦੇ ਬਲਾਊਜ਼ ਬਣੇ ਨੇ। ਬਲਾਊਜ਼ ਦੀ ਆਏਗੀ ਬੈਕ ਵਿਦ ਬਾਰਡਰ ਸੀਕਵਨ ਜਾਲ, ਐਨ ਹੈ ਬਾਜ਼ੂ ਦੇ ਕੰਮ ਆਏਗਾ। ਇਹ ਹੈਗੀ ਹੈ ਜੀ ਸਾੜੀ ਦੀ, ਸਾਡੀ ਅੱਜ ਦੀ ਲਾਸਟ ਆਈਟਮ ਹੈ, ਪਿਓਰ ਜੋਰਜਟ ਸਾੜੀ ਹੈ ਪੀਕੋਕ ਬਲੂ ਕਲਰ ਦੀ, ਪਰ ਡਿਜ਼ਾਈਨਰ ਔਰ ਡਿਫਰੈਂਟ। ਇਹ ਹੈਗੇ ਨੇ ਸਿੰਗਲ ਸਿੰਗਲ ਆਰਟੀਕਲ ਜਿਹੜੇ ਤੁਹਾਡੇ ਕੋਲ ਹੈਗੇ, ਤੁਹਾਡੇ ਕੋਲ ਹੋਣਗੇ, ਸੈਕਿੰਡ ਨਹੀਂ ਆਏਗਾ ਜੀ ਪੀਸ, ਇੱਦਾਂ ਦੇ ਆਰਟੀਕਲ ਨੇ। ਆ ਲਓ, ਆ ਲਓ ਕਹਾਣੀ ਜੀ। ਲਓ ਜੀ, ਆਈਟਮ ਨੰਬਰ ਹੈਗੀ ਅੱਜ ਦੀ ਹੈਗੀ ਹੈ 20 ਅਤੇ ਰੇਟ ਆਏਗਾ 24,500, 24,500 ਆਈਟਮ ਨੰਬਰ 20, ਠੀਕ ਹੈ ਜੀ।
ਅੱਜ ਦੇ ਲਈ ਇੰਨਾ ਹੀ। ਆਈ ਹੋਪ ਕਿ ਸਭ ਨੂੰ ਅੱਛੇ ਲੱਗੇ ਹੋਣਗੇ ਆਰਟੀਕਲ, ਤੇ ਜਿਹੜਾ ਵੀ ਤੁਹਾਨੂੰ ਇਹਦੇ ਚੋਂ ਅੱਛਾ ਲੱਗਿਆ ਨਾ ਆਰਟੀਕਲ, ਇੱਕ ਤਾਂ ਪਹਿਲੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਕਰਨਾ, ਫਿਰ ਸਕਰੀਨਸ਼ਾਟ ਜਿਹੜਾ ਲਿਆ ਨਾ ਆਹ ਨੰਬਰ ਨੋਟ ਕਰੋ, ਆਹ ਸਾਡੇ ਵਟਸਐਪ ਨੰਬਰ ਨੇ, ਆਹ ਨੰਬਰਾਂ ਤੇ ਫਟਾਫਟ ਸ਼ੇਅਰ ਕਰ ਦਿਓ ਤੇ ਆਪਣੇ ਆਰਟੀਕਲ ਬੁੱਕ ਕਰਾਓ। ਠੀਕ ਹੈ ਜੀ, ਕੱਲ ਫਿਰ ਮਿਲਾਂਗੇ ਨਵੇਂ ਆਰਟੀਕਲ ਤੇ ਨਵੇਂ ਡਿਜ਼ਾਈਨ ਲੈ ਕੇ। ਤਬ ਤੱਕ ਦੇ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰ ਰੈਡੀਮੇਡ ਦੀ ਵੀਡੀਓ ਰੇਡੀ ਹੈ, ਉਹ ਵੀ ਅੱਜ ਪਾ ਕੇ ਜਾਣਗੇ, ਲਾਈਵ ਹੋਣਗੇ ਥੋੜੀ ਦੇਰ ਤੱਕ। ਠੀਕ ਹੈ ਜੀ, ਤਬ ਤੱਕ ਦੇ ਲਈ ਕੱਲ ਫਿਰ ਮਿਲਾਂਗੇ। ਓਕੇ ਬਾਏ, ਟੇਕ ਕੇਅਰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।